शिमारू के नए वीडियोस के लिए सब्सक्राइब कीजिए और बेल आइकन को दबाना न भूलें। चोरी लुट खो ते बलात्कार वर्गियां वारदातां ने कानून दा मजाक बनाया पिया। लोकां दा दिनों दिन पुलिस तों विश्वास उड़दा जा रहा। की कर रहे हैं असीं लोक? की करिए जनाब, मुजरम अजकल इन्ना चलाक हो गया कोई सबूत ही नहीं छड़दा। जनाब जे कोई सबूत मिल भी जावे तां मुजरम किसे मंत्री जां नेता दी आड़ दा फायदा उठा के कानून तों बच निकलदा। जनाब कल एक बंदा अदालत विच पेश कीता जिहदे कोलों 5 किलो फीम फड़ी सी। अदालत विच जज साहब नूं कहण लगा मेरे कोले 5 किलो नहीं 50 किलो फीम सी। कहिंदा थानेदार नूं पुछो कि बाकी दी 45 किलो फीम कित्थे आ। मैनूं तां जवाब देणा ही औखा हो गया। जी तूं चुप कर, इहो जे बहाने मैं बहुत बार सुन चुकिया। मैं पिंड राजगढ़ दी गल कर रहा जिथे हर रोज कुड़ियां दे बलात्कार तों बाद कतल हो रहा। मैनूं उपर जवाब देणा औखा होया पिया। जनाब जी ए जी गल है तां 5-7 नंगे पैरां ने फड़ के अंदर दे देने आ, बाकी कोशिश जारी है जी। शट अप, कोशिश नहीं, मैनू रिजल्ट चाहिदा, रिजल्ट ओ भी जल्दी तो जल्दी, अंडरस्टैंड? मन जा सच्ची कर दे मेरा च, वेख ला मैं तेनू कदे नहीं आख्या। हाय मैं मर जा तेरिया गोल गोल अखा, तेरा चिट्टा चिट्टा रंग, एक दे दे एक दे दे। अज ता बाला जी करता है, सच्ची बाला जी करता है। देखा तरले लैन लग्या वे, ए मुर्गी है मुर्गी, अमली दी बकरी नहीं, दिल कीता गड़वी चक्की चोलिया। ओ तू चुप कर जा, अंडा कुकड़ी ने देना है, एवें कुड़कुड़ करी जांदी है की गल। ओ दे दे अंडा दे दे, एवें टेंशन ना ले, आ नहीं ते बापू ने ढिड पाड़ के तेरा अंडा कढ लेना। ओ जी मुर्गी दिन च अंडा दिंदी है, दो नहीं ते फिर पहला वाला किथे गया करती गल? पहला अंडा आ रहा।
बेबे आ पार्टी ओ नवी पसूड़ी बापू ने की टेंशन चार तौने ने आ इनु ही पुछला ए स्कूल वाली मास्टरनी नु की कह के आया वा की कह के आवे तू ना कहन हुन मैं चुंडियां वड़ियां मैं ता इन्ना कहया सी वी मेनू भी इन्नी अंग्रेजी पढ़ा देगा ते जेड़ा बुल्ला ते जी फेर के सोणियो कहया सी ले करती गल बापू जी कुछ ता उम्र दा लिहाज करया करो ਹੁਣ ਤਾਂ ਤੁਹਾਡੇ ਲੰਬੇ ਸੁਣ ਸੁਣ ਕੇ ਬਾਹਰ ਜਾਂਦਿਆਂ ਨੂੰ ਵੀ ਸ਼ਰਮ ਆਉਂਦੀ ਆ ਨਾ ਭਾਈ ਸ਼ਰਮ ਆਉਣ ਨੂੰ ਮੈਂ ਬਾਹਰ ਕੀ ਨੰਗਾ ਨੱਚਦਾ ਫਿਰਦਾ ਕਰਤੀ ਗੱਲ ਇਹੀ ਕਸਰ ਰਹਿ ਗਈ ਜੇ ਪਿਓ ਦਾ ਪੁੱਤ ਹੈ ਨਾ ਇਹ ਵੀ ਸ਼ੱਕ ਪੂਰਾ ਕਰ ਲੈ ਤੂੰ ਉਹ ਬਾਪੂ ਤੂੰ ਟੈਨਸ਼ਨ ਨਾ ਲੈ ਮੈਂ ਵੀ ਤੇਰੇ ਨਾਲ ਗਲੀਆਂ 'ਚ ਨੰਗਾ ਨੱਚਿਆ ਕਰੂੰ ਬੋਲਾ ਜਿਹਨੇ ਮੈਨੂੰ ਇਹਦੇ ਲੜ ਲਾਇਆ ਉਹ ਬੇਬੇ ਤੂੰ ਵੀ ਟੈਨਸ਼ਨ ਨਾ ਲੈ ਉਹ ਤਾਂ ਕਦੋਂ ਦਾ ਚੜਾਈ ਕਰ ਗਿਆ ਬੱਚੇ ਮਰ ਜਾਣ ਬੇਬੇ ਜੀ ਇੰਜਰੀ ਕਹੀਦਾ ਹੁੰਦਾ ਭਾਂਡਾ ਤਾਂ ਆਪਣਾ ਖੋਟਾ ਕਿਸੇ ਨੂੰ ਕੀ ਦੋਸ਼ ਕੀ ਭਾਂਡਾ ਕਿਹੜੇ ਭਾਂਡੇ ਦੀ ਗੱਲ ਕਰਦੀ ਹੈ ਨੀ ਮੈਂ ਜਾਣਦੀ ਹਾਂ ਤੇਰੇ ਭਾਂਡਿਆਂ ਨੂੰ ਉਹ ਲੋ ਪਾਤੀ ਨਵੀਂ ਪਸੂੜੀ ਨਾ ਬੇਬੇ ਡਿੱਗੀ ਖੋਤੇ ਤੋਂ ਗੁੱਸਾ ਕਮਾਰਤੇ ਓ ਨਵੀਂ ਟੈਂਸ਼ਨ ਪਾਤੀ ਭਾਬੀ ਨੇ ਓ ਬਾਪੂ ਨੂੰ ਖੋਤਾ ਕਹਿਤਾ ਉਹਨੇ ਤੂੰ ਖੋਤੀ ਮੇਰੀ ਮਾਂ ਖੋਤੀ ਮੇਰਾ ਪਿਓ ਨਵੀਂ ਟੈਂਸ਼ਨ ਓ ਬੇਬੇ ਤੇਰੇ ਖਾਨਦਾਨ ਨੂੰ ਖੋਤਾ ਖੋਤੀ ਕਹੀ ਜਾਂਦੀ ਆ ਨਾ ਮੈਂ ਤਾਂ ਕਰਾ ਦੂੰਗਾ ਜੀ ਤਸੱਲੀ ਓ ਬਾਪੂ ਪਾਤੀ ਟੈਨਸ਼ਨ ਲੱਗਦਾ ਉਹ ਮੈਡਮ ਆ ਗਈ ਚੀਨੂੰ ਤੂੰ ਨਹੀਂ ਛੇੜ ਕੇ ਆਇਆ ਜਾ ਬਾਹਰ ਖੋਲ ਮੈਂ ਕਿਉਂ ਖੋਲਾ ਬਾਹਰ ਓ ਜਾ ਭਾਈ ਤੂੰ ਖੋਲ ਬਾਹਰ ਆਹੋ ਇਹ ਰੱਖਿਆ ਮੈਂ ਜੁੱਤੀਆਂ ਖਾਣ ਨੂੰ ਜੀ ਜਾਨ ਨੂੰ ਸਿਆਪਾ ਭੇਜੋ ਇਹਨੂੰ ਸ਼ਿੰਗਾਰਾ ਸਿੰਘ ਦਾ ਘਰ ਇਹੀ ਆ ਸਾਡੇ ਬਾਪੂ ਦਾ ਕਸੂਰ ਕੋਈ ਨੀ ਜੀ ਬਸ ਉਹਨਾਂ ਦਾ ਦਿਮਾਗ ਹੀ ਬੱਚਿਆਂ ਵਰਗਾ ਹੋਇਆ ਪਿਆ ਉਹਨਾਂ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਜੀ ਮਾਫੀ ਆ ਤੁਸੀਂ ਕਿਉਂ ਮੰਗੀ ਜਾਂਦੇ ਹੋ ਮੋਤੀਆਂ ਵਾਲਿਓ ਅਸੀਂ ਤਾਂ ਤੁਹਾਡੇ ਕੋਲ ਇੱਕ ਕਮਰਾ ਕਿਰਾਏ ਤੇ ਲੈ ਲਿਆ ਮੈਂ ਦੇਖਦੀ ਹਾਂ ਜਾ ਕੇ ਓ ਬੇਬੇ ਉਹਨੇ ਬੇਬੇ ਅਸੀਂ ਇੱਥੇ ਸਾਂ ਖੋਲੀ ਹੋਈ ਆ ਹੈ ਨਹੀਂ ਕਮਰਾ ਕੋਈ ਇੱਥੇ ਸਾਡੇ ਕੋਲੇ ਉਹ ਕੀ ਤੁਸੀਂ ਟੈਨਸ਼ਨ ਪਾਈ ਹੋ ਇੱਕ ਵਾਰ ਬੇਬੇ ਨੇ ਕਹਿਤਾ ਕਮਰਾ ਹੈ ਨਹੀਂ ਹੈਗਾ ਕਮਰਾ ਹੈਗਾ ਬਾਪੂ ਬਾਪੂ ਭੱਜ ਗਿਆ ਆ ਦੇਖ ਬਾਪੂ ਦੇਖ ਬਾਪੂ ਕਮਰਾ ਹੈਗਾ ਜੀ ਕਿਉਂ ਨੀ ਹੈਗਾ ਹੈ ਬੇਬੇ ਚਵਾਰਾ ਖਾਲੀ ਪਿਆ ਵਾ ਇਹਨਾਂ ਨੂੰ ਦੇ ਦੇ ਹੈ ਉੱਥੇ ਕਬੂਤਰ ਬੋਲਦੇ ਆ ਹੈਗਾ ਕਿਉਂ ਮੰਗੀ ਜਾਣਾ ਇੱਕ ਵਾਰੀ ਕਹਿਤਾ ਨਾ ਕੋਈ ਕਮਰਾ ਕਮਰਾ ਹੈ ਨਹੀਂ ਬਾਪੂ ਕਿਰਾਇਆ ਪੂਰਾ 1500 ਲੱਗੂ ਠੀਕ ਆ ਜੀ ਆ ਗੱਲ ਹੀ ਨੀ ਕੋਈ ਕਿਰਾਏ ਵਾਲੀ ਤਾਂ ਠੀਕ ਆ ਫਿਰ ਕਮਰਾ ਹੋ ਗਿਆ ਪੱਕਾ ਪਰੇ ਨੂੰ ਲੈ ਬਾਪੂ ਤੂੰ ਪਟੂ ਲਾਈ ਆਇਆ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਉਹ ਮੈਂ ਬੇਬੇ ਨੂੰ ਦੱਸੂ ਬੇਬੇ ਨੂੰ ਪਾਤੀ ਟੈਨਸ਼ਨ ਬਾਪੂ ਬਾਈ ਜੀ ਖੰਡ ਦੀ ਮਿਲ ਜੂਗੀ ਚਾਹ ਕਰਕੇ ਪੀਣੀ ਸੀਗੀ ਸਾਡਾ ਸਾਰਾ ਸਮਾਨ ਖਿਲ ਰਿਹਾ ਪਿਆ ਪਤਾ ਹੀ ਲੱਗਦਾ ਕੀ ਕਿੱਥੇ ਪਿਆ ਓਏ ਕਿੱਥੇ ਚੀਨੀ ਲਿਜਾਂਦਾ ਫਿਰੇਗਾ ਚਾਹ ਆਪਾਂ ਇੱਥੇ ਪਿਆ ਦਿੰਨੇ ਆ
ਓਏ ਚਾਰ ਪੰਜ ਕੱਪ ਚਾਹ ਦੇ ਬਣਾਓ ਵਧੀਆ ਜੇ ਤੇ ਬੁਲਾ ਲੈਂਦਾ ਉਹਨਾਂ ਨੂੰ ਵੀ ਥੱਲੇ ਕੁਝ ਨਾ ਕੁਝ ਖਾ ਪੀ ਲੈਂਦੇ ਕਰਦੇ ਇਹ ਬਿੱਲੋ ਉਹ ਖੜ ਜਾ ਬਾਈ ਇੱਕ ਮਿੰਟ ਤੂੰ ਕਿਉਂ ਟੈਨਸ਼ਨ ਲਈ ਹੈ ਓਏ ਤੂੰ ਟੈਨਸ਼ਨ ਨਾ ਲੈ ਬਾਈ ਤੂੰ ਇੱਥੇ ਇੱਥੇ ਬਹਿ ਹਾਂ ਪਟੋਲੇ ਦਾ ਨਾ ਬਿੱਲੋ ਹੈ ਕਿਹੜਾ ਪਟੋਲਾ ਓਏ ਮੇਰੇ ਮਤਲਬ ਕੁੜੀ ਦਾ ਨਾ ਬਿੱਲੋ ਹੈ ਨਾ ਮੈਂ ਬਣਾ ਕੇ ਲਿਆਉਂਦਾ ਤੂੰ ਟੈਨਸ਼ਨ ਨਾ ਲੈ ਇੱਥੇ ਬੈਠ ਓਏ ਤੂੰ ਇਹਦੇ ਕੋਲੇ ਖੜ ਮੈਂ ਜਾਣਾ ਮੈਂ ਜਾਣਾ ਕਾਰੋਬਾਰ ਸਾਡਾ ਲੁਧਿਆਣੇ ਹੀ ਸੈੱਟ ਹੋਇਆ ਕਾਰੋਬਾਰ ਬੇ ਕਾਰੋਬਾਰ ਕਾਹਦਾ ਤੁਹਾਡਾ ਓਏ ਆਹੀ ਬੇਬੇ ਕਿਸੇ ਦਾ ਵਿਆਹ ਕਿਸੇ ਦੀ ਸ਼ਾਦੀ ਕਿਸੇ ਦਾ ਮੰਗਣਾ ਕਿਸੇ ਦੇ ਸਾਈ ਕਿਸੇ ਦੇ ਵਧਾਈ ਜਾਣਗੀ ਰੌਣਕਾਂ ਲਾਉਣੀਆਂ ਮੈਂ ਤਾਂ ਪੁੱਛਦੀ ਹਾਂ ਅੱਜ ਕੱਲ ਦੇ ਜਮਾਨੇ ਚ ਨਾ ਕਿਸੇ ਤੇ ਭਰੋਸਾ ਨੀ ਕਰਨਾ ਚਾਹੀਦਾ ਆ ਦੇਖ ਸਾਡੇ ਪਿੰਡ ਚ ਨਾ ਕੁੜੀਆਂ ਦੇ ਕਤਲ ਹੋ ਜਾਂਦੇ ਨੇ ਪਰ ਹੁਣ ਤੱਕ ਕਿਸੇ ਦੀ ਸੂਹ ਨੀ ਨਿਕਲੀ ਵੀ ਕੌਣ ਕਰਦਾ ਕੁੱਤਾ ਕੰਮ ਓ ਬੇਬੇ ਤੂੰ ਤਾਂ ਐਵੇਂ ਟੈਨਸ਼ਨ ਲਈ ਜਾਂਦੀ ਆ ਨਾ ਤੈਨੂੰ ਇਹ ਭੋਲਾ ਜਿਹਾ ਚਿਹਰਾ ਕਿਤੇ ਕਾਤਲ ਲੱਗਦਾ ਚੱਲ ਛੱਡ ਛੋਟਿਆ ਲਾ ਦਿਓ ਕਾਕਾ ਥੋੜੀਆਂ ਜਿਹੀਆਂ ਰੌਣਕਾਂ ਚੌਣਕਾਂ ਜਲਵਾ ਕਰਤੀ ਗੱਲ ਉਹ ਟੈਨਸ਼ਨ ਨਾ ਲੈ ਮੈਂ ਸਾਰਾ ਸਾਜੋ ਸਮਾਨ ਨਾਲ ਹੀ ਲੈ ਕੇ ਆਇਆ ਵਾਂ ਚੱਲ ਫਿਰ ਜਾ ਫਿਰ ਯਾਰ ਮੈਂ ਕੋਈ ਗਾਉਣ ਵਾਲਾ ਬਾਪੂ ਹੈ ਆ ਫੜ ਬਾਈ ਲਾ ਖੜਾ ਲੈ ਵੀ ਲਾ ਦਿੰਦੇ ਆਪਾਂ ਚੱਲ ਬਈ ਹੋ ਜਾ ਸ਼ੁਰੂ ਮੇਰੇ ਕੋਕਾ ਕੋਲੇ ਦੀ ਬੋਤਲੇ ਤੈਨੂੰ ਚੋਰ ਦਾੜੀ ਨੂੰ ਨੱਚਦੇ ਨੂੰ ਬੇ ਮੁੰਡਾ ਤਾਂ ਨੱਚੇ ਨੱਚੇ ਤੈਨੂੰ ਸ਼ਰਮੀ ਉਹਦੀ ਬੁੱਢੇ ਵਾਲੇ ਨੱਚਦੇ ਨੂੰ ਗੱਲ ਸੁਣ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਹੋਏ ਨੂੰ ਕੁੜੇ ਜੀ 7 ਸਾਲ ਕਿਉਂ ਇਹ ਗੁੰਗੀ ਹੈ ਗੁੰਗੀ ਨਹੀਂ ਜੀ ਬਸ ਬੋਲ ਹੀ ਨਹੀਂ ਸਕਦੀ ਬੱਚਾ ਬੱਚਾ ਹੈ ਨੀ ਕੁੜੇ ਤੇਰੇ ਮਾੜੀ ਕਿਸਮਤ ਹੈ ਮਾਤਾ ਜੀ ਬਥੇਰੀਆਂ ਦਵਾਈਆਂ ਖਾ ਖਾ ਵੇਖੀਆਂ ਬਥੇਰੇ ਇਲਾਜ ਕਰਾਏ ਪਰ ਕੋਈ ਚਮਤਕਾਰ ਨਹੀਂ ਹੋਇਆ ਇਹਨੇ ਤੇ ਆਪਣੀ ਆਵਾਜ਼ ਵੀ ਗਵਾ ਲਈ ਕਰ ਮਹਾਮਾਰੀ ਨੇ ਦਵਾਈਆਂ ਖਾ ਖਾ ਦੱਸ ਮੈਂ ਨਾ ਸਾਡੇ ਪਿੰਡ ਲੈਚੀ ਵਾਲਾ ਬਾਬਾ ਹੁਣ ਬੜੀਆਂ ਤੀਵੀਆਂ ਦੀਆਂ ਗੋਦੀਆਂ ਹਰੀਆਂ ਕੀਤੀਆਂ ਮੈਂ ਤੈਨੂੰ ਉਹਦੇ ਕੋਲੇ ਲੈ ਚੱਲੂ ਉਹਨੇ ਤੇਰੀ ਗੋਦੀ ਚ ਜਵਾਬ ਪਾ ਦੇਣਾ ਲਿਆ ਜਾ ਲਿਆ ਜਾ ਕੇ ਬੜਾ ਸੋਹਣਾ ਗਾਉਂਦੇ ਹੋ ਤੁਸੀਂ ਕੋਈ ਵੀ ਸੋਹਣਾ ਗਾ ਸਕਦਾ ਕੀ ਮੈਂ ਵੀ ਕਿਉਂ ਨਹੀਂ ਉਸਤਾਦ ਧਾਰਨਾ ਪੈਂਦਾ ਚੱਲ ਚੰਗਾ ਮੰਨ ਲਿਆ ਉਸਤਾਦ ਤੈਨੂੰ ਚੱਲ ਸਿਖਾ ਫਿਰ ਮੈਨੂੰ ਚੱਲ ਆ ਜਾ ਗਾ ਫਿਰ ਮੇਰੇ ਮਗਰ ਮਗਰ ਤੇਰੇ
बिना लगदा ना जी सोनिए तेरे बिना लगदा ना जी तेरे बिना लगदा ना जी सोनिया तेरे बिना लगदा ना जी अज तो जिंदड़ी सोनिए अज तो जिंदड़ी सोनिए ना तेरे करती तेरे बिना लगदा ना जी सोनिए तेरे बिना लगदा ना जी तेरे बिना लगदा ना जी हानिया तेरे बिना लगदा ना जी छेड़ इश्क दिया तारा नूं हुण पिछे खड़ खड़ वेखे तेरे मेरे प्यार दे हैनी पैगे पके पेचे हीरिए पैगे पके पेचे छेड़ इश्क दिया तारा नूं हुण पिछे खड़ खड़ वेखे तेरे मेरे प्यार दे हैनी पैगे पके पेचे इश्क ते हुसन दी इश्क ते हुसन दी हुण तू गुड्डी वेख चढ़दी तेरे बिना लगदा ना जी सोनिए तेरे बिना लगदा ना जी तेरे बिना लगदा ना जी सोनिए तेरे बिना लगदा ना जी रातां दी मेरी नींद ही उड़ गई दिन नू चैन ना आवे बड़ा संभाला दिल नू पर मेरी पेश कोई ना जावे हानिया पेश कोई ना जावे रातां दी मेरी नींद ही उड़ गई दिन नू चैन ना आवे बड़ा संभाला दिल नू पर मेरी पेश कोई ना जावे इश्क तेरे विच सोनिया इश्क तेरे विच सोनिया जानदी आ मरदी तेरे बिना लगदा ना जी हानिया तेरे बिना लगदा ना जी तेरे बिना लगदा ना जी हानिया तेरे बिना लगदा ना जी ਆ ਬੇਬੇ ਜੀ ਆ ਬਿੱਲੋ ਕੱਲੀ ਆ ਘਰੇ ਮਾੜਾ ਜਿਹਾ ਖਿਆਲ ਰੱਖਿਓ ਸਾਡਾ ਨਾ ਰਿਸ਼ਤੇਦਾਰ ਢਿੱਲਾ ਹੋ ਗਿਆ ਸੀ ਸ਼ਹਿਰ ਚੱਲੇ ਆ ਹੱਦ ਹੋ ਗਈ ਤੁਸੀਂ ਫਿਕਰ ਕਿਉਂ ਕਰਦੇ ਹੋ ਅਸੀਂ ਮਰ ਗਏ ਸੁੱਖ ਨਾਲ ਕੱਲੀ ਕਾਹਨੂੰ ਹੈ ਕਰਤੀ ਗੱਲ ਬਾਪੂ ਤੂੰ ਟੈਨਸ਼ਨ ਨਾ ਲੈ ਬਾਈ ਜੇ ਕਹੂੰ ਤਾਂ ਤੁਹਾਨੂੰ ਸਟੇਜ ਤੇ ਛੱਡਿਆ ਵਾ ਆਹੋ ਜਾ ਛੱਡਿਆ ਉਹ ਨਾ ਬਈ ਨਾ ਅਸੀਂ ਆਪੇ ਚਲੇ ਜਾਂਦੇ ਆ ਨਾ ਇਹ ਕਿਵੇਂ ਛੱਡਿਆ ਹੈ ओ शर्म कर शर्म तेरिया नुहार गिया ओ
So
हट जा मैनू कर लैन दे तैनू दस दा पता हट तू दो मिनट इत्थे पानी दिया छल्ला होवन तू हूमे मैं हूमन प्यार दिया गल्ला होवन तू हूमे मैं हूमन कुछ गल्ला तू करे कुछ गल्ला मैं करा मुके ना साड़ी गलबात आखी करिए ना करती गल ਸਾਰੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਬਾਬਾ ਜੀ ਕੁੱਲ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਨਗੇ ਜੀ ਆਪਣਾ ਜੀਵਨ ਸਫਲ ਕਰਨ ਲਈ ਬਾਬਾ ਜੀ ਦੇ ਦਰਸ਼ਨ ਕਰਨ ਲਈ ਬਾਬਾ ਜੀ ਦੇ ਡੇਰੇ ਤੇ ਹੁਮ ਹੁਮਾ ਕੇ ਪਹੁੰਚੋ ਭਾਈ ਬਾਬਾ ਜੀ ਆਪਣੇ ਚਮਤਕਾਰਾਂ ਨਾਲ ਲੂਲੇ ਲੰਗੜਿਆਂ ਨੂੰ ਠੀਕ ਕਰਨਗੇ ਅੰਨਿਆਂ ਨੂੰ ਅੱਖਾਂ ਦੀ ਰੋਸ਼ਨੀ ਦੇਣਗੇ ਤੇ ਬਿਮਾਰਾਂ ਨੂੰ ਠੀਕ ਕਰਨਗੇ ਇਸ ਲਈ ਬਾਬਾ ਜੀ ਦੇ ਡੇਰੇ ਤੇ ਹੁਮ ਹੁਮਾ ਕੇ ਪਹੁੰਚੋ ਭਾਈ ਸਾਰੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਬਾਬਾ ਜੀ ਕੁੱਲ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਨਗੇ ਜੀ ਆਪਣਾ ਜੀਵਨ ਸਫਲ ਕਰਨ ਲਈ ਬਾਬਾ ਜੀ ਦੇ ਦਰਸ਼ਨ ਕਰਨ ਲਈ ਬਾਬਾ ਜੀ ਦੇ ਡੇਰੇ ਤੇ ਹੁਮ ਹੁਮਾ ਕੇ ਪਹੁੰਚੋ ਭਾਈ ਬਾਬਾ ਜੀ ਆਪਣੇ ਚਮਤਕਾਰਾਂ ਨਾਲ ਲੂਲੇ ਲੰਗੜਿਆਂ ਨੂੰ ਠੀਕ ਕਰਨਗੇ ਅੰਨਿਆਂ ਨੂੰ ਅੱਖਾਂ ਦੀ ਰੋਸ਼ਨੀ ਦੇਣਗੇ ਤੇ ਬਿਮਾਰਾਂ ਨੂੰ ਠੀਕ ਕਰਨਗੇ ਇਸ ਲਈ ਬਾਬਾ ਜੀ ਦੇ ਡੇਰੇ ਤੇ ਹੁਮ ਹੁਮਾ ਕੇ ਪਹੁੰਚੋ ਭਾਈ ਬਾਬਿਆਂ ਦੀ ਜੈ ਜੈਕਾਰ ਬਾਬਿਆਂ ਦੀ ਬਾਬਿਆਂ ਦੀ ਜੈ ਜੈਕਾਰ ਬਾਬਿਆਂ ਦੀ ਬਾਬਿਆਂ ਦੀ ਜੈ ਜੈਕਾਰ ਬਾਬਿਆਂ ਦੀ ਬਾਬਿਆਂ ਦੀ ਜੈ ਜੈਕਾਰ ਜਿਹਨੇ ਪੱਲਾ ਫੜਿਆ ਉਹ ਲੱਗ ਗਿਆ ਪਾਰ ਬਾਬਿਆਂ ਦੀ ਬਾਬਿਆਂ ਦੀ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਿਆਦੀ ਹੋ ਗਈ ਜੈ ਜੈਕਾਰ ਦੁੱਧ ਲੈ ਲੋ ਪੁੱਤ ਲੈ ਲੋ ਦੁੱਖਾਂ ਵਾਲੇ ਸੁੱਖ ਲੈ ਲੋ ਲੈ ਲੋ ਪੁੱਤ ਲੈ ਲੋ ਦੁੱਖਾਂ ਵਾਲੇ ਸੁੱਖ ਲੈ ਲੋ ਦੁੱਧ ਲੈ ਲੋ ਪੁੱਤ ਲੈ ਲੋ ਦੁੱਖਾਂ ਵਾਲੇ ਸੁੱਖ ਲੈ ਲੋ ਦੁੱਧ ਲੈ ਲੋ ਪੁੱਤ ਲੈ ਲੋ ਦੁੱਖਾਂ ਵਾਲੇ ਸੁੱਖ ਲੈ ਲੋ ਸਭ ਨੂੰ ਬਾਬੇ ਕਰਨ ਨਿਹਾਲ ਬਾਬਿਆਂ ਦੀ ਹੋ ਗਈ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਾਬਿਆਂ ਦੀ ਹੋ ਗਈ ਜੈ ਜੈਕਾਰ
ਜੰਜ ਲੈ ਲੋ ਪੁੱਕੀ ਲੈ ਲੋ ਸੁੱਟ ਲਈ ਹੁੱਕੀ ਲੈ ਲੋ ਗੰਜ ਲੈ ਲੋ ਪੁੱਕੀ ਲੈ ਲੋ ਸੁੱਟ ਲਈ ਹੁੱਕੀ ਲੈ ਲੋ ਗੰਜ ਲੈ ਲੋ ਪੁੱਕੀ ਲੈ ਲੋ ਸੁੱਟ ਲਈ ਹੁੱਕੀ ਲੈ ਲੋ ਗੰਜ ਲੈ ਲੋ ਪੁੱਕੀ ਲੈ ਲੋ ਸੁੱਟ ਲਈ ਹੁੱਕੀ ਲੈ ਲੋ ਲਾਲ ਆਕਾਸ਼ ਭੁੱਲ ਜਾਓ ਸੰਸਾਰ ਬਾਬਿਆਂ ਦੀ ਹੋ ਗਈ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਾਬਿਆਂ ਦੀ ਹੋ ਗਈ ਜੈ ਜੈਕਾਰ ਤਨ ਲੈ ਲੋ ਛੇੜ ਜਿਹੜੇ ਰਨ ਲੈ ਲੋ ਤਨ ਲੈ ਲੋ ਤਨ ਲੈ ਲੋ ਛੇੜ ਜਿਹੜੇ ਰਨ ਲੈ ਲੋ ਤਨ ਲੈ ਲੋ ਤਨ ਲੈ ਲੋ ਛੇੜ ਜਿਹੜੇ ਰਨ ਲੈ ਲੋ ਤਨ ਲੈ ਲੋ ਤਨ ਲੈ ਲੋ ਛੇੜ ਜਿਹੜੇ ਰਨ ਲੈ ਲੋ ਸਭ ਦਾ ਬਾਬੇ ਰੱਖਣ ਖਿਆਲ ਬਾਬਿਆਂ ਦੀ ਹੋ ਗਈ ਬਾਬਿਆਂ ਦੀ ਹੋ ਗਈ ਜੈ ਜੈਕਾਰ ਬਾਬਾ ਜੀ ਸੰਗਤਾਂ ਦਰਸ਼ਨ ਕਰਨ ਲਈ ਖੜੀਆਂ ਹਨ ਜੇਕਰ ਹੁਕਮ ਹੋਵੇ ਤਾਂ ਅੰਦਰ ਭੇਜ ਦੇਵਾਂ ਇੱਕ ਇੱਕ ਕਰਕੇ ਅੰਦਰ ਭੇਜੋ ਬਾਬਾ ਜੀ ਜੈ ਹੋ ਆ ਵੀ ਸਰਪੰਚਾ ਘਰ ਵਾਲੀ ਤੋਂ ਪਰੇਸ਼ਾਨ ਹੈ ਤੇਰੇ ਘਰ ਵਾਲੀ ਦਿਲ ਦੀ ਮਾੜੀ ਨਹੀਂ ਬਸ ਜਰਾ ਵੱਡੇ ਘਰ ਦੀ ਹੋਣ ਕਰਕੇ ਤੇਰੇ ਤੇ ਰੋਬ ਰੱਖਣਾ ਚਾਹੁੰਦੀ ਹੈ ਬਾਬਾ ਜੀ ਸਰਪੰਚ ਤਾਂ ਲੋਕਾਂ ਲਈ ਆ ਘਰੇ ਘਰੇ ਸਰਪੰਚ ਆ ਉਹ ਤਾਂ ਠੀਕ ਹੈ ਤੇਰੇ ਸੇਵਾ ਚਲਦੀ ਪਈ ਹੈ ਕੋਈ ਦਾਨ ਕਰ ਬਾਬਾ ਜੀ ਮੇਹਰ ਰੱਖਿਓ ਇੱਕ ਟਰੱਕ ਸੀਮਿੰਟ ਦਾ ਸਵੇਰੇ ਡੇਰੇ ਭੇਜ ਦਿਆਂਗੇ ਜੈ ਹੋ ਬਾਬਿਆਂ ਦੀ ਬਾਬਾ ਜੀ ਦੀ ਜੈ ਹੋਵੇ ਅੱਛਾ ਤਾਂ ਤੇਰੀ ਮੱਝ ਨਹੀਂ ਮਿਲਦੀ ਧੰਨੋ ਬਾਬਾ ਜੀ ਤੁਸੀਂ ਧੰਨੋ ਤੁਸੀਂ ਤਾਂ ਮੇਰੇ ਢਿੱਡ ਦੀਆਂ ਫਰੋਲਤੀਆਂ ਬਾਬੇ ਸਭ ਜਾਣਦੇ ਨੇ ਅਜੇ ਤਾਂ ਮੱਝ ਦੇ ਵਾਰ ਹੋਇਆ ਸ਼ੁਕਰ ਕਰ ਸਹੀ ਸਮੇਂ ਡੇਰੇ ਤੇ ਪਹੁੰਚ ਗਈ ਨਹੀਂ ਤਾਂ ਘਰ ਤੋਂ ਕੋਈ ਜੀ ਜਾਂਦਾ ਲੱਗਣਾ ਸੀ ਮੇਰ ਕਰ ਦਿਓ ਸਵਾ ਮਹੀਨਾ ਡੇਰੇ ਤੇ ਦੁੱਧ ਦੀ ਸੇਵਾ ਕਰ ਸੱਤ ਬੱਚੇ ਨੇ ਬਾਬਾ ਜੀ ਆ ਫੜ ਲਾਚੀਆਂ ਡੇਰੇ ਚ ਪਾ ਕੇ ਮੱਝ ਨੂੰ ਦੇ ਦੇਈ ਬਾਬਾ ਜੀ ਦੀ ਜੈ ਹੋਵੇ ਜੈ ਹੋਵੇ ਬਾਬਾ ਜੀ ਦੀ ਬਾਬਾ ਜੀ ਮੇਰ ਰੱਖਿਓ ਜੈ ਹੋ ਬਾਬਾ ਜੀ ਦੀ ਆ ਬਈ ਸੇਠਾ ਬੜਾ ਖੁਸ਼ ਲੱਗਦਾ ਹੈ ਬਾਬਾ ਜੀ ਤੁਹਾਡੀ ਮੇਰੇ ਨਾਲ ਮੇਰਾ ਕੰਮ ਬਣ ਗਿਆ ਉਹ ਤਾਂ ਮੈਨੂੰ ਪਤਾ ਹੀ ਸੀ ਬਾਬਾ ਜੀ ਮੈਂ ਤੁਹਾਡੇ ਵਾਸਤੇ ਇੱਕ ਸੈਂਟਰ ਗੱਡੀ ਚਾਬੀ ਦੇ ਕੇ ਜਾ ਰਿਹਾ ਜੈ ਹੋ ਬਾਬਾ ਜੀ ਦੀ ਕਲੀਆਂ ਤੇਰੇ ਡੇਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਸੰਗਤਾਂ ਸਵੇਰੇ ਦੀਆਂ ਬਾਹਰ ਖੜੀਆਂ ਸੰਗਤਾਂ ਸਵੇਰੇ ਦੀਆਂ ਬਾਹਰ ਖੜੀਆਂ ਤੇਰੇ ਡੇਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਤੇਰੇ ਡੇਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਭਾਗ ਲੱਗੇ ਰਹਿਣ ਮੇਰਾ ਹੁਣ ਬਾਬਾ ਜੀ ਤੁਹਾਡੇ ਡੇਰੇ ਤੇ ਤੁਹਾਡੀਆਂ ਹੀ ਮੈਨੂੰ ਬਾਬਾ ਜੀ ਦੀ ਸ਼ਾਨ ਵਿੱਚ ਹੁਣੇ ਹੁਣੇ ਇੱਕ ਸ਼ੇਰ ਯਾਦ ਆ ਗਿਆ ਹਲੋ ਬਈ
ਕਿ ਬਾਪੂ ਸਾਡਾ ਖੱਟਣ ਗਿਆ ਜੀ। ਹਲੋ ਬਈ, ਤੇ ਖੱਟ ਕੇ ਲਿਆਇਆ ਉਹ ਲੋਕਰ। ਹਲੋ ਬਈ, ਤੇ ਦੂਰੋਂ ਪਈ ਪੰਡ ਏਦਾਂ ਲੱਗੇ ਏਦਾਂ ਕਿ ਜਿਹਦੇ ਬਾਬੇ ਦੀ ਗੋਗੜ। ਉਹ ਬਾਬਾ ਸ਼ਰਾਬ ਦੇ ਦੂ, ਸ਼ਰਾਬ ਦੇ ਦੂ। ਬਸ ਓਏ, ਕੀ ਲੈਣ ਆਏ ਤੁਸੀਂ? ਬਾਬਾ ਜੀ, ਅਸੀਂ ਲੈਣ ਤੇ ਕੁਛ ਨੀ ਆਏ ਜੀ, ਅਸੀਂ ਤਾਂ ਇਹੀ ਪੁੱਛਣ ਆਏ ਆ ਕਿ ਕਿੰਨਾ ਕਿੰਨਾ ਨੂੰ ਤੁਸੀਂ ਪੁੱਤਰ ਦੀ ਦਾਤ ਬਖਸ਼ੀ ਜੇ, ਅਸੀਂ ਵੀ ਤੇ ਜਾ ਕੇ ਪੰਡ ਵਧਾਈ ਲੈਣ ਵਾਲੇ ਬਣੇ। ਚਲੋ ਤਫਾ ਉਥੋਂ। ਇਹਨੇ ਆਪਣਾ ਤਾਂ ਮੂੰਹ ਕਾਲਾ ਕਰਵਾਉਣਾ ਹੀ ਹੁੰਦਾ, ਅੱਜ ਮੇਰਾ ਵੀ ਮੂੰਹ ਕਾਲਾ ਕਰਵਾਤਾ ਵਾ। ਓ ਮੈਨੂੰ ਤੇਰੀ ਗੱਲ ਕਾਲੀ ਨੀ, ਲਾਲ ਹੋਈ ਲੱਗਦੀ ਆ, ਜਿਵੇਂ ਕਿਸੇ ਨੇ ਬੈਂਗਣ ਤਾਂ ਸੜੇ ਪਏ ਆ ਬਾਪੂ, ਆ ਸਬਜ਼ੀ ਅੱਜ ਕੱਲ ਬੜੀ ਮਾੜੀ ਆ ਰਹੀ ਆ। ਓਏ ਆ ਦੇਖ ਤਾਂ ਸਹੀ ਯਾਰ, ਓਹੋ ਕੀ ਗੱਲ ਭੈਣ ਜੀ, ਨਾ ਇੱਕ ਥੱਪੜ ਤੇ ਹੀ ਭੈਣ ਜੀ ਤੇ ਆ ਗਿਆ, ਜਦ ਮੈਂ ਜੁੱਤੀ ਲਾ ਲਈ ਨਾ ਫੇਰ ਤੈਨੂੰ ਪਤਾ ਲੱਗੂ। ਕੋਈ ਨੀ ਜਵਾਕ ਹੈ ਕੁਰਤੀ ਗੱਲ। ਹਾਏ ਮੈਂ ਮਰ ਜਾ, ਇਹ ਮਰ ਹੀ ਜਾਵੇ, ਇਹ ਐਸੇ ਵੇਲੇ ਮਰ ਜੇ, ਲਿਆਵੇ ਪੁੱਤ ਗੁਆਂਢੀਆਂ ਦਾ ਬਰਛਾ, ਮੈਂ ਤਾਂ ਢਿੱਡ ਚ ਮਾਰਾਂ, ਜੇ ਇਹ ਨੀ ਨਾ ਮਰਦਾ ਤਾਂ ਮੈਂ ਮਰ ਜਾ। ਉਹ ਬੇਬੇ ਕਿਉਂ ਤੂੰ ਐਵੇਂ ਟੈਨਸ਼ਨ ਲਈ ਆ, ਉਹ ਤਲਵਾਰ ਨਾਲ ਹੀ ਸਰਦਾ ਜਿਹਦੇ ਨਾਲ ਬਾਪੂ ਤੈਨੂੰ ਵਿਆਹ ਕੇ ਲਿਆਇਆ ਸੀ। ਮੈਨੂੰ ਜੇ ਮੈਨੂੰ ਪਤਾ ਹੁੰਦਾ ਨਾ ਇਹ ਲੱਛਣ ਹੈ ਤਾਂ ਮੈਂ ਧਰਮ ਨਾਲ ਫੇਰੇ ਵੇਲੇ ਫਾ ਲੈ ਗਈ। ਬੇਬੇ ਕੋਈ ਮਰੇ ਚਾਹੇ ਕੋਈ ਜੀਵੇ, ਸੁਤਰਾ ਕੋਲ ਪਤਾ ਸੇ ਪੀਵੇ, ਤੂੰ ਨਾ ਚਿੱਤ ਹੋਰਾ ਕਰ, ਕਦੇ ਨਾ ਕਦੇ ਤਾਂ ਰੱਬ ਇਹਨੂੰ ਚੱਕੂਗਾ ਹੀ। ਕਿਸੇ ਨੇ ਨੀ ਚੱਕਣਾ ਇਹਨੂੰ, ਮੈਂ ਜਾਂਦੀ ਹਾਂ ਲਾਜੀ ਵਾਲੇ ਬਾਬੇ ਕੋਲੇ, ਉਹਦੇ ਕੋਲ ਬਣਾ ਕੇ ਲੈਣਾ ਤਬੀਤ, ਉਹੀ ਚੱਕੂਗਾ, ਉਹੀ ਵਿਦਾ ਕਰੂਗਾ ਇਹਨੂੰ। ਚੱਲ ਮੈਂ ਵੀ ਚੱਲਦਾ ਬਾਬੇ ਕੋਲੇ। ਕਰਤੀ ਗੱਲ, ਚੱਲ ਚੱਲ ਨਾ, ਮੈਂ ਵੀ ਚੱਲਦਾ ਬੇਬੇ। ਓ ਬੇਬੇ ਆ ਤਾਂ ਸੁੱਟ ਜਾ ਬੇਬੇ, ਓ ਬੇਬੇ ਆ ਤਾਂ ਸੁੱਟ ਜਾ। ਬਾਬਾ ਜੀ, ਸੰਗਤਾਂ ਬਹੁਤ ਦੇਰ ਤੋਂ ਬਾਹਰ ਬੈਠੀਆਂ, ਆਗਿਆ ਹੋਵੇ ਤਾਂ ਅੰਦਰ ਬੁਲਾਵਾ? ਕਿਉਂ ਨੀ ਭਗਤਾ, ਇੱਕ ਇੱਕ ਨੂੰ ਅੰਦਰ ਬੁਲਾ। ਜੈ ਹੋ ਬਾਬਿਆਂ ਦੀ, ਜੈ ਹੋਵੇ ਬਾਬਾ ਜੀ। ਮੈਂ ਬਹੁਤ ਦੁਖੀ ਹਾਂ, ਦੁਪਹਿਰ ਤੋਂ ਆਪਦੇ ਦਰਸ਼ਨਾਂ ਲਈ ਬੈਠੀ। ਬਾਬੇ ਤਾਂ ਕੁਝ ਨਹੀਂ ਜਾਣਦੇ, ਅਣਜਾਣ ਨੇ। ਬਾਬਾ ਜੀ, ਝੋਲੀ ਖਾਲੀ ਆ ਬਹੁਤ ਦੇਰ ਤੋਂ। ਬਾਬਿਆਂ ਨਾਲ ਝੂਠ ਬੋਲਦੀ ਏ? ਤਿੰਨ ਪੁੱਤਰ ਤੇ ਇੱਕ ਧੀਏ ਤੇਰੀ, ਤੇ ਅਜੇ ਕਹਿੰਦੀ ਏ ਝੋਲੀ ਖਾਲੀ ਆ? ਬਾਬਾ ਜੀ, ਮੈਂ ਆਪਣੀ ਗੱਲ ਨੀ ਕਰਦੀ, ਆਪਣੀ ਨੂੰਹ ਦੀ ਗੱਲ ਕਰਦੀ ਆ। ਫੇਰ ਨੂੰਹ ਨੂੰ ਭੇਜ, ਤੂੰ ਆਪਣੀ ਗੱਲ ਕਰ, ਪਤੀ ਤੋਂ ਪਰੇਸ਼ਾਨ ਏ ਨਾ, ਬਹੁਤ ਉਲਾਂਭੇ ਲਿਆਉਂਦਾ। ਬਹੁਤ ਦੁਖੀ ਆ ਬਾਬਾ ਜੀ, ਕੋਈ ਐਸਾ ਮੰਤਰ ਮਾਰੋ ਉਹ ਅੱਖ ਚ ਪਾਇਆ ਨਾ ਲੜਕੇ। ਇੱਕ ਵਾਰ ਉਹਨੂੰ ਅੰਦਰ ਭੇਜ ਜਿਹੜਾ ਨਾਲ ਆਇਆ ਤੇਰੇ, ਫੇਰ ਵੇਖੀ ਅੱਖ ਚ ਪਾਇਆ ਨਹੀਂ ਲੜਕੂਗਾ। ਜੈ ਹੋਵੇ ਬਾਬਿਆਂ ਦੀ, ਜੈ ਹੋਵੇ ਬਾਬਿਆਂ ਦੀ, ਜੈ ਹੋਵੇ। ਆ ਬਈ ਭਗਤਾ। ਵਾਹ ਬਾਬਾ ਜੀ, ਐਸ ਤਾਂ ਤੁਸੀਂ ਕਰਦੇ ਹੋ, ਅਸੀਂ ਤਾਂ ਐਵੇਂ ਬਸ ਇਸ ਧਰਤੀ ਤੇ ਜਗ੍ਹਾ ਹੀ ਰੁਕਾ ਮੈਂ। ਆ ਬਈ ਭਗਤਾ, ਤਾਂ ਐਸ ਕਰਨੀ ਚਾਹੁੰਦਾ? ਮੈਂ ਤਾਂ ਬਾਬਾ ਜੀ ਐ ਚਾਹੁੰਦਾ ਸੀ ਵੀ ਤੁਸੀਂ ਆਪਦੇ ਚਰਨਾਂ ਚ ਜਗ੍ਹਾ ਸਾਨੂੰ ਵੀ ਦੇ ਦਿੰਦੇ, ਅਸੀਂ ਵੀ ਲੱਤਾਂ ਘੁੱਟਣ ਦੀ ਸੇਵਾ ਕਰ ਲੈਂਦੇ। ਕਰਦੀ ਗੱਲ ਤੇ ਬੀਬੀਆਂ ਦੇ ਡੇਰੇ ਲੰਗਰ ਦੀ ਸੇਵਾ ਕਰ, ਬਾਬੇ ਤੇਰੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ। ਜਿਵੇਂ ਹੁਕਮ ਹੋਵੇ ਜੀ। ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ। ਬਾਬਾ ਜੀ, ਸਾਡਾ ਬਾਪੂ ਬਾਹਰ ਨਹੀਂ ਆਇਆ। ਸਿੰਗਾਰਾ ਸਿੰਘ ਦੀ ਗੱਲ ਕਰਦਾ ਹੈ?
हां जी बाबा जी। उस रूप आसी उस जून च पाता जे दियो लायक सी। जा भाई लिया शिकारा सिंह नू। आ ले जा भाई इस नू ते कर जाके पूरी सेवा कर। नारा सिंह नू असी फिर जूने पाता। जदो ये सुतर जेगा ता इस नू आदमी दी जूने पा देंगे। जा ले जा कर नू। पापा जी लोका नू ना दस्यो जे नहीं ता असी किसे नू मुंह बिखान जोगे नीचे रहना। सत भजन पक्का ले जो इस नू। जय बाबे दी जय बाबे दी। ओ चल बापू ओ चलो बापू। ओए केड़ी जूने पै गया तू। चलो ए भाभी। हां हुण तां मेरी भी उम्र होगी ब्याह दी। हां उम्र तां होगी। मेरा भी टांका फिट करा दे किते। कोई देखी है? ओए कुड़ी तां मैं देखी हुई है। जमी चंदा टूटा है। केड़ी किसे कोल गल ना करी। नहीं दस तां सही। ओ जड़ी अपनी किराए ते नहीं आई हुई बिल्लो। होट ना तेनू कोई हो ना लभी। ओ तां ब्याह हुई है कुत्ता जहांदा। चल बापू चल। ओए आ जा बापू घर आ गया। ओ चल गां हो। हाय हाय आ केड़ा नवा शौक जाग पिया। इनू की चुकी आने हो कुतीड़ नू। बस एदी ओ कमी सी। ओए कतीड़ नहीं बापू है तेरा बापू। बापू होगा तोड़ा मेरा कदा बापू ना। जे मेरा बापू आ ते तेरा कख नहीं लगदा। नहीं पैरी हाथ लाए दे। मैं ता कदे किसे बंदे दे पैरी हाथ ना लावा। ये ता फेर कुत्ता है। भाई मेरी गल ध्यान ना सुनो। तोड़े बापू जी नू बाबा जी ने कुत्ता बनाता। हुण इहदी सेवा करियो। जदो इहनू अकल आ जूगी ना चुप कर जा तलिंगिया जा। नहीं ते बाबे नू कह के तेनू गधा बना दू ते ला दू बोलियां दे पट्ठे ते। ते जदो मरे ना मगर दी लत्ता फिर कहेंगा जय बाबा जी जय बाबा जी। आ मेरा बापू ले रोटी खा ला। है रोटी खाओ बापू जी खाओ। एदा ना कह मेरे वीरे नू। इन्ना नू करन दे बापू दी सेवा। चल आप अंदर सेवियां खाइए। बापू खा ला। ओ डैडी डैडी रोटी खा ले। बापू कच्छा पाला। बापू 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 कच्छा पाला। कच्छा पाला बापू कच्छा पाला। एक मिनट लता उपर चक। पै गया बस पै गया कच्छा। एक मिनट बापू बापू खड़ जा। ओहो एक मिनट फड़ता बापू ने। फड़ता बापू अज नहीं छड़ता मैं तेनू। कच्छे लगेगा अज नहीं छड़ता बापू। भाभी आ देख आ देख उन्हें नमी टेंशन पाती। मेरा हाथ पाड़ता। ओ मैं ता बापू दे कच्छा पाउन लग्या सी। उन्हें मेरे दंद मारे। भाभी अज नहीं मैं छड़दा साले कुत्ते नू। ओ अकल दे दुश्मन ओए अपना पियो आ पियो। ओ भाई कादा पियो हाथ पाड़ता मेरा। भाई हर जा पिछे अज ओ नहीं जा मैं नहीं। ओ छड़ दो मैनू। ओ तेनू ओनू मारन दे लई ना मेरी लाश तो लंघना पैना। भाभी नू उठाला पिछे। मैं छड़ना यार कुकड़ांगू लड़ी जाने। फिर गुआंडियां दे घर वाल चक्की जंदा। ओए बंदे तो कुत्ता बन गया पर ओने आपदी टेंशन नहीं छड़ियां। ओ भाई अज मैं करदा ओदी आशकी। ओए ओए खड़ जा। ओए रुक जा। बचाओ 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 बचाओ। हुण तैनू कोई नहीं बचा सकदा। हुण साडे कोलों तैनू उपर वाला नहीं बचा सकदा। ओए उपर वाला चुक भी सकदा।
ਤੇ ਥੱਲੇ ਸੁੱਟ ਵੀ ਸਕਦਾ, ਫੜ ਕੇ ਕੁੱਟ ਵੀ ਸਕਦਾ। ਤੂੰ ਕੌਣ ਓਏ, ਜਾ ਕੇ ਆਪਣਾ ਕੰਮ ਕਰ। ਓਏ ਕੰਮ ਹੀ ਤਾਂ ਕਰਨ ਲੱਗਿਆ, ਮੇਰਾ ਕੰਮ ਹੈ ਲੋਕਾਂ ਨੂੰ ਨਚਾਉਣਾ, ਹੁਣ ਮੈਂ ਤੁਹਾਨੂੰ ਦੇਖਿਓ ਕਿਵੇਂ ਡਿਸਕੋ ਡਾਂਸ ਕਰਾਉਣਾ, ਆ ਫੜ ਓਏ। ਜੇ ਤੂੰ ਅੱਜ ਮੌਕੇ ਤੇ ਨਾ ਆਉਂਦਾ ਪਤਾ ਨੀ ਮੇਰਾ ਕੀ ਬਣਨਾ ਸੀ। ਤੂੰ ਕੀ ਕਰ ਰਿਹਾ ਸੀ ਇੱਥੇ, ਕਿਵੇਂ ਆਇਆ ਤੂੰ ਇੱਥੇ? ਲਾਲੀ ਮੈਂ ਤਾਂ ਤੇਰਾ ਪਰਛਾਵਾਂ ਆ, ਦੇਖਣ ਨੂੰ ਚਾਹੇ ਆਪਾਂ ਦੋ ਆ ਪਰ ਰੱਬ ਜਾਣਦਾ ਆਪਣੀ ਜਾਨ ਇੱਕ ਆ। ਚੱਲ ਝੂਠਾ ਨਾ ਹੋਵੇ ਤਾਂ। ਤੂੰ ਮੇਰੇ ਪਿਆਰ ਨੂੰ ਝੂਠਾ ਕਹਿੰਦੀ ਆ, ਜਾ ਚੱਲ ਜਾ, ਮੈਂ ਨੀ ਤੇਰੇ ਨਾਲ ਬੋਲਦਾ। ਨਹੀਂ ਬੋਲਣਾ, ਨਾ ਬੋਲ, ਜਾ ਫਿਰ ਐਸ਼ ਕਰ। ਹਾਏ ਰੱਬਾ, ਇਹ ਤਾਂ ਸੱਚੀ ਚਲਾ ਗਿਆ।
आले यार आले वे मैं तेरी हो गई, आले यार आले वे मैं तेरी हो गई, ले तेरी हो गई, ले तेरी हो गई, ले तेरी हो गई, ले तेरी हो गई। दपूतिया बल्लड़ा सिर चढ़ चढ़ नाच नचावे, फिर दुनिया चली लगदी ते अपनी मत पगावे, जेड़ा एदे पिछे लग गया, जेड़ा एदे पिछे लग गया, दुनिया तो गया, आले जिंदे आले जिंदे तेरा मैं तेरा हो गया, मैं तेरी हो गई, मैं तेरा हो गया, मैं तेरा हो गया। ओए आ तो रे हां, ओ देख ला कोई उठे ही ना होवे, आजा 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 आजा, कोई नहीं हैगा, जल्दी कर, आजा आजा, ओए हां कोई नहीं हैगा, आजा आजा फटाफट। ओ सिहाई किथे है? ओए ओ ता मैं भूल ही गया, यार लियो भज के जा, लेना लेना के ले छेती कर। चट करो देखो बापू, अरे पागल को छेती करो, तुसी को जाग ना जावे, ओ ले आ चाह पी के ओनू बाहर गेड़ा कढ़ा लिया, नहीं तो घरे गंद पा दूंगा। लै बाहर गेड़ा कढ़ा लिया महाराजा पटियाले नू। मैं ता बेबे कहना तेनू के ओनू कणक दी गुड़िया दे के मारो परे, रोज दी खिचखिच नाल ता खेड़ा छुटूगा। फटे मुंह तेरे, इन्हां ने ले लिया मैनू। ओ चलो बापू, चल तेनू घुमा के लियावा, ओ खड़ जा, ओए ओए गद्दीए कतीड़े, क्यों लबेड़ी जानियां लीड़े, ओए खड़ जा बापू, चल चल तेनू घुमा के लियावा, चल चल, ओ चल बापू चल, क्यों काली करदा, पर तेनू ना बाबे ने कुत्ते दी जूने पाके बहुत माड़ी गल कीती है, पर तू बंदा होंदे होए भी केड़ा चज दे काम कीते ने, तू अपने कुत्ते कमा करके कुत्ते दी जूनी पिया। पर मेरा एक फायदा हो गया बापू, मेरे ते बिलो दे राज दा रोड़ा आ गया बापू, हुण मैनू ते बिलो नी इक हुण तो कोई नहीं रोक सकता बापू, कोई नहीं रोक सकता। बापू 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 ओए बापू, हाय रब्बा, वीर तू हाय कोई आजूबा छड़ मैनू। लाली बिल्लो ने दाल बड़ी करारी बनाई सी, धर्म ना मेरा मुंह मच गया, एक मिठी तां दे दे। मैं तेरे लिए ना हुने गुड़ लेके आ, चलिए गुड़ नी प्यारी चाहिए, हट लुच्चा ना होवे ता। ना इच लुच्चा वाली केड़ी गल, की गल तू मेनू प्यार नहीं करदी? करदी आ, चल अपनी अखां मीच। ओ भाभीए नी भाभीए नी सुन भाभीए, ओ वाओ भाई, अरे काम काज कर लिया कर, घूमदा रहना वेला। मैं जानदी आ
ਕਿਹੜੇ ਕੰਮ ਕਰਦਾ ਇਹ ਅੱਜ ਕੱਲ ਕਿਹੜੇ ਆ ਰਹੀ ਹੈ ਭਾਬੀ ਆ ਬਾਪੂ ਨੂੰ ਖਵਾਉਣਾ ਪਿਆਉਣਾ ਖਿਡਾਉਣਾ ਸਵਾਉਣਾ ਸਾਰੇ ਕੰਮ ਤਾਂ ਮੈਂ ਕਰਦਾ ਮੈਂ ਸਾਧ ਵਿੱਚ ਗਾਉਣ ਬਾਪੂ ਹੈ ਉਹ ਕੀ ਬਾਪੂ 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 ਤਾਂ ਉਹ ਬੰਨਿਆ ਗਿੱਲੇ ਨਾਲ ਉਹ ਤਕੜੀਆਂ ਭਾਈ ਓਏ ਕੀ ਬੀਟਰ ਬੀਟਰ ਵੇਖੀ ਜਾਂਦੇ ਮੈਂ ਤੁਹਾਡਾ ਬਾਪੂ ਆ ਕਰਤੀ ਗੱਲ ਮੇਰਾ ਬਾਪੂ ਤੂੰ ਕਿਵੇਂ ਮੇਰਾ ਬਾਪੂ ਓਏ ਬਾਪੂ ਤਾਂ ਮੇਰਾ ਉਹ ਬਣਿਆ ਕੀਲੇ ਨਾਲ ਸਰਦਾਰ ਸ਼ਿੰਗਾਰਾ ਸਿੰਘ ਗੱਲ ਓਏ ਥੱਪੜ ਤਾਂ ਬਾਪੂ ਵਾਲੀ ਲੱਗਦਾ ਓਏ ਆਪਣਾ ਅਸਲੀ ਬਾਪੂ ਹੀ ਲੱਗਦਾ ਏ ਓਏ ਅਸਲੀ ਬਾਪੂ ਆ ਪਰ ਬਾਬੇ ਨੇ ਤਾਂ ਬੇਬੇ ਬਾਪੂ ਨੂੰ ਕੁੱਤਾ ਬਣਾਤਾ ਸੀ ਹਾਂ ਅੱਛਾ ਆਹ ਗੱਲ ਹੈ ਓ ਕੰਜਰ ਦੇ ਪੁੱਤੋ ਬਾਬੇ ਨੇ ਤੁਹਾਨੂੰ ਬੁੱਧੂ ਬਣਾਇਆ ਓ ਮੈਂ ਵੇਖ ਕੇ ਆਇਆ ਉਹਦੀਆਂ ਸਾਰੀਆਂ ਕਰਤੂਤਾਂ ਕਰਤੀ ਗੱਲ ਕੀ ਕਰਤੂਤਾਂ ਦੇਖ ਕੇ ਆ ਤੂੰ ਬਾਬੇ ਦੀਆਂ ਓਏ ਮੇਰੀ ਡਿਊਟੀ ਤਾਂ ਲਾਤੀ ਬਾਬੇ ਨੇ ਬੀਬੀਆਂ ਵਾਲੇ ਪਾਸੇ ਕਿ ਤੂੰ ਲੰਗਰ ਛਕਾਇਆ ਕਰ ਕਰਤੀ ਗੱਲ ਨਾ ਗੱਲ ਸੁਣ ਤੂੰ ਫਿਰ ਬੀਬੀਆਂ ਨੂੰ ਛੱਡ ਕੇ ਕਿਵੇਂ ਆ ਗਿਆ ਇਹ ਮੈਂ ਤੈਨੂੰ ਉਹਦੀਆਂ ਕਰਤੂਤਾਂ ਕੱਲੀ ਨੂੰ ਦੱਸੂਗਾ ਤੂੰ ਮੈਨੂੰ ਖਾਣ ਪੀਣ ਵਾਸਤੇ ਲੈ ਕੇ ਦੇ ਕੁਛ ਤੂੰ ਚਾ ਪੁੱਤ ਆਪਦੇ ਪਿਓ ਲਈ ਕੁਛ ਖਾਣ ਪੀਣ ਨੂੰ ਲੈ ਕੇ ਆ ਮੈਂ ਹੁਣੇ ਲੈ ਕੇ ਆਉਣਾ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਬਾਬੇ ਨੇ ਤੁਹਾਨੂੰ ਮੂਰਖ ਬਣਾਇਆ ਹੈ ਕਦੀ ਆਦਮੀ ਵੀ ਜਾਨਵਰ ਬਣੇ ਨੇ ਪਰ ਤੁਹਾਨੂੰ ਅਨਪੜ੍ਹ ਗਵਾਰਾਂ ਨੂੰ ਕੌਣ ਸਮਝਾਵੇ ਬੇਬੇ ਦੁੱਧ ਮੈਂ ਕੀ ਚਾਕਦਾ ਕੁੱਤੇ ਨੂੰ ਹੁਣ ਇਹ ਆਦਤ ਪੈ ਗਈ ਮੈਂ ਕੀ ਕਰਾਂ ਬਾਪੂ ਦੁੱਧ ਪੀਆ ਫੜਾ ਕਰਤੀ ਗੱਲ ਪਾ ਕੀ ਟੈਨਸ਼ਨ ਬਾਪੂ ਗਰਮ ਹੈ ਠੰਡਾ ਹੀ ਹੋਣਾ ਚਲੋ ਹੁਣ ਬਾਪੂ ਨੂੰ ਅੰਦਰ ਲੈ ਕੇ ਚੱਲੀਏ ਹੁਣ ਤਾਂ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਤੁਹਾਡਾ ਬਾਪੂ ਰਾਜੀ ਖੁਸ਼ੀ ਘਰੇ ਆ ਗਿਆ ਓਏ ਆ ਜਾ ਬਾਪੂ ਅੰਦਰ ਚੱਲੀਏ ਆ ਜਾ ਨਹੀਂ ਛੱਡਾਂਗੀ ਮੈਂ ਤੇਰੀਆਂ ਸਾਰੀਆਂ ਕਰਤੂਤਾਂ ਸਾਰੇ ਜਹਾਨ ਨੂੰ ਦੱਸਾਂਗੀ ਤੂੰ ਬਾਬੇ ਦੇ ਰੂਪ ਚ ਭੇੜੀ ਹੈ ਮੈਂ ਤੇਰਾ ਪਰਦਾ ਫਾਸ਼ ਕਰਕੇ ਰਹਾਂਗੀ ਸਾਡਾ ਪਰਦਾ ਫਾਸ਼ ਕਰਨ ਵਾਲੇ ਤੇ ਅਸੀਂ ਪਹਿਲਾਂ ਹੀ ਪਰਦਾ ਪਾ ਦਿੰਦੇ ਆ ਹਾਂ ਹਾਂ ਬੈਠੋ ਬੈਠੋ ਓਏ ਸੋਮ ਰਸਤੇ ਪਲਾ ਬਾਬਾ ਜੀ ਉਹ ਕੁੜੀ ਕੁਝ ਜ਼ਿਆਦਾ ਹੀ ਫੜਫੜਾ ਰਹੀ ਹੈ ਜਾਓ ਇਸ ਦਾ ਵੀ ਉਹੀ ਹਸ਼ਰ ਕਰੋ ਜੋ ਪਹਿਲੀਆਂ ਦਾ ਕੀਤਾ ਬਾਬਾ ਜੀ ਆਪਣੀ ਪੁੱਕੀ ਦੇ ਤਿੰਨ ਟਰੱਕ ਪਹੁੰਚ ਚੁੱਕੇ ਨੇ ਹੁਕਮ ਕਰੋ ਕਿੱਥੇ ਲਵਾਈਏ ਹਾਏ ਪੁੱਕੀ ਨਹੀਂ ਪੂਰਾ ਪ੍ਰਸ਼ਾਦ ਕਹੀਦਾ ਵੱਡੇ ਗਦਾਮ ਚ ਲਵਾ ਦਿਓ ਬਾਬਾ ਜੀ ਉੱਥੇ ਤਾਂ ਪਹਿਲਾਂ ਹੀ ਦੇਸੀ ਸ਼ਰਾਬ ਦੇ ਡ੍ਰਮ ਭਰੇ ਪਏ ਨੇ ਓਏ ਛੋਟੇ ਚ ਲਵਾ ਦਿਓ ਬਾਬਾ ਜੀ ਲੱਗਦਾ ਇਹਨੇ ਸਾਡੀਆਂ ਸਾਰੀਆਂ ਗੱਲਾਂ ਸੁਣਨੀਆਂ ਜੇ ਬਾਬਾ ਜੀ ਇਹ ਤਾਂ ਪਹਿਲਾਂ ਹੀ ਗੂੰਗੀ ਏ ਪਰ ਬਾਬਾ ਜੀ ਡਾਂਸ ਬੜਾ ਵਧੀਆ ਕਰਦੀ ਜੇ ਫਿਰ ਸਾਨੂੰ ਵੀ ਦੋ ਠੁਮਕੇ ਲਗਾ ਕੇ ਦਿਖਾ ਦੇ ਫੜੋ ਓਏ
ਮੈਨੂੰ ਨਹੀਂ ਸੌਰੀ ਦਿਓ ਉਹਨੂੰ ਪੜੋ। चलो मैं ਬਾਬਾ ਜੀ ਚੜਾਤਾ ਗੱਡੀ। ਹਾਏ ਸ਼ਾਬਾਸ਼ ਮੇਰੇ ਸ਼ੇਰਾ। ਵੈਲ ਡਨ ਮਿਸਟਰ ਵਿੰਦਰ ਚੌਹਾਨ, ਵੈਲ ਡਨ। ਮੈਨੂੰ ਤੁਹਾਡੇ ਤੋਂ ਇਹ ਉਮੀਦ ਸੀ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਵੋਗੇ। ਥੈਂਕ ਯੂ ਸਰ। ਸਰ ਮੈਂ ਉਸ ਬਾਬੇ ਦੇ ਕਾਰਨਾਮੇ ਤੇ ਸਾਰੇ ਸਬੂਤ ਇਕੱਠੇ ਕਰ ਚੁੱਕਿਆ ਜੋ ਇਸ ਵੀਡੀਓ ਦੇ ਵਿੱਚ ਮੌਜੂਦ ਨੇ। ਸਰ ਮੈਨੂੰ ਅੱਗੇ ਆਰਡਰ ਦਿੱਤਾ ਜਾਵੇ ਕਿ ਮੈਂ ਬਾਬੇ ਦੇ ਖਿਲਾਫ ਕੋਈ ਕਾਰਵਾਈ ਕਰ ਸਕਾਂ। ਮਿਸਟਰ ਚੌਹਾਨ, ਆਈ ਐਮ ਗਿਵਿੰਗ ਯੂ ਫੁੱਲ ਅਥਾਰਟੀ, ਗੋ ਫਾਸਟ ਐਂਡ ਅਰੈਸਟ ਹਿਮ। ਯੈਸ ਸਰ। ਚੱਲ ਬਈ ਦੇਖੀ ਉਸ ਵੱਡੇ ਬਾਬੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਹਰ ਸਾਲ ਲਾਚੀਆਂ ਵਾਲੇ ਬਾਬੇ ਦੇ ਡੇਰੇ 'ਤੇ ਅਸੀਂ ਹਰ ਸਾਲ ਭੰਡਾਰਾ ਲਾਉਂਦੇ ਹਾਂ, ਐਤਕੀ ਵੀ ਉਸੇ ਹੀ ਤਰ੍ਹਾਂ ਡੇਰੇ 'ਤੇ ਭੰਡਾਰਾ ਲਾਈਏ, ਸੇਵਾ ਦਾਨ ਕਰੀਏ ਅਤੇ ਜੀਵਨ ਸਫਲਾ ਕਰੀਏ। ਸਾਹਿਬ ਇੱਕ ਮਿੰਟ ਰੁਕੋ। ਉਹ ਤੁਸੀਂ ਕੀ ਨਵੀਂ ਟੈਂਸ਼ਨ ਪਾਈ ਇਹਨੂੰ ਸਰਪੰਚ ਸਾਹਿਬ? ਹੈਂ ਤੁਸੀਂ ਆਪਦੇ ਤੇ ਆ ਪਿੰਡ ਵਾਲੇ ਜਵਾਕਾਂ ਦੇ ਮੂੰਹਾਂ ਚੋਂ ਕੱਢ ਕੇ ਉਹ ਪਖੰਡੀ ਬਾਬੇ ਤੇ ਉਹਦੇ ਚੇਲਿਆਂ ਦਾ ਢਿੱਡ ਭਰਦੇ ਹੋ, ਇਹਦੇ ਨਾਲ ਕੋਈ ਜੀਵਨ ਸਫਲਾ ਨਹੀਂ ਹੋਣ ਲੱਗਿਆ ਤੁਹਾਡਾ। ਓਏ ਓਏ, ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਸਰਪੰਚ ਸਾਹਿਬ? ਜੇ ਬਾਬਾ ਜੀ ਨੂੰ ਗੁੱਸਾ ਆ ਗਿਆ ਤਾਂ ਸਾਰੇ ਪਿੰਡ ਨੂੰ ਭਸਮ ਕਰਕੇ ਰੱਖ ਦੇਣਗੇ। ਉਹ ਬਾਬਾ ਜੀ ਤਾਂ ਤੁਰੇ ਜਾਂਦੇ ਪਾਣੀਆਂ ਨੂੰ ਅੱਗ ਲਾ ਦਿੰਦੇ ਨੇ। ਓਏ ਓਏ ਮੂਰਖਾ, ਤੂੰ ਪੜ੍ਹ ਲਿਖ ਕੇ ਵੀ ਕਿਹੋ ਜਿਹੀਆਂ ਗੱਲਾਂ ਕਰਦਾ? ਪਾਣੀ 'ਚ ਅੱਗ ਲਾਉਣਾ ਕੋਈ ਵੱਡੀ ਗੱਲ ਹੈ? ਅੱਜ ਕੱਲ੍ਹ ਦੇ ਸਾਇੰਸ ਦੇ ਜ਼ਮਾਨੇ ਵਿੱਚ ਇਹੋ ਜਿਹੇ ਕੈਮੀਕਲ ਤਿਆਰ ਹੋ ਚੁੱਕੇ ਨੇ ਕਿ ਥੋੜ੍ਹਾ ਜਿਹਾ ਪਾਣੀ ਪਾਓ ਤੇ ਅੱਗ ਲੱਗ ਜਾਂਦੀ ਆ, ਤੇ ਇਹੋ ਜਿਹੇ ਝੂਠੇ ਮੂਠੇ ਕਰਤੱਵ ਦਿਖਾ ਕੇ ਬਾਬਾ ਤੁਹਾਨੂੰ ਸਾਰਿਆਂ ਨੂੰ ਮਗਰ ਲਾਈ ਫਿਰਦਾ। ਓਏ ਬਾਬਾ, ਉਹ ਕੋਈ ਰੱਬ ਦਾ ਭਗਤ ਨਹੀਂ ਹੈਗਾ, ਉਹ ਤਾਂ ਮਾਇਆ ਦਾ ਭਗਤ ਹੈ, ਮਾਇਆ ਦਾ। ਤੇ ਉਹਨੇ ਇਸ ਭਗਤ ਪੁਣੇ ਦੀ ਆੜ ਵਿੱਚ ਪਤਾ ਕਿੰਨੇ ਧੰਦੇ ਤੋਰੇ ਹੋਏ ਨੇ 2 ਨੰਬਰ ਦੇ। ਬਸ ਸਰਪੰਚ ਸਾਹਿਬ ਬਸ, ਅਸੀਂ ਆਪਣੀ ਬੇਇੱਜ਼ਤੀ ਹੋਰ ਨਹੀਂ ਕਰਵਾ ਸਕਦੇ। ਬੋਧ ਹੋ ਗਿਆ ਸਰਪੰਚ ਸਾਹਿਬ। ਸਰਪੰਚ ਸਾਹਿਬ, ਇਸ ਮੁੰਡੇ ਨੇ ਸਾਡਾ ਨਹੀਂ ਸਾਡੇ ਬਾਬਾ ਜੀ ਦਾ ਅਪਮਾਨ ਕੀਤਾ ਹੈ। ਪਿੰਡ ਵਾਲਿਓ, ਇੱਕ ਗੰਦੀ ਮੱਛਲੀ ਤਾਂ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਤੇ ਉਹ ਤੁਹਾਡਾ ਬਾਬਾ ਉਹੀ ਗੰਦੀ ਮੱਛਲੀ ਹੈ ਜਿਹਨੇ ਸਾਰੇ ਪਿੰਡ ਨੂੰ ਗੰਦਾ ਕੀਤਾ ਪਿਆ। ਪਿੰਡ ਵਾਲਿਓ, ਆ ਵੀਰ ਜੋ ਕਹਿ ਰਿਹਾ ਉਹ ਸੱਚ ਆ, ਉਹ ਜਿਸ ਨੂੰ ਤੁਸੀਂ ਬਾਬਾ ਕਹਿ ਰਹੇ ਹੋ ਨਾ, ਉਹ ਫੀਮ ਚਰ ਸਮੈਕ ਦਾ ਬਲੈਕੀਆ ਆ, ਉਹ ਭਗਵੇਂ ਚੋਲੇ ਪਾ ਕੇ ਕਾਲੀਆਂ ਕਰਤੂਤਾਂ ਕਰਦਾ ਆ।
ਜਿਹੜੇ ਪਿੰਡ 'ਚ ਕੁੜੀਆਂ ਦੇ ਕਤਲ ਹੋਏ ਨੇ ਉਹਨਾਂ ਕਰਤੂਤਾਂ ਦਾ ਮਾਲਕ ਵੀ ਉਹ ਬਾਬਾ ਆ। ਜਨਾਬ ਉਹ ਕੁੜੀਆਂ ਕਿਸੇ ਹੋਰ ਪਿੰਡ ਦੀਆਂ ਹੋਣਗੀਆਂ। ਜਿਹੜੀਆਂ ਹੋਰ ਕਿਸੇ ਪਿੰਡ ਦੀਆਂ ਸੀ ਉਹ ਕਿਸੇ ਦੀਆਂ ਧੀਆਂ ਭੈਣਾਂ ਨੀ। ਪਿੰਡ ਵਾਲਿਓ, ਉਸ ਪਖੰਡ ਦੇ ਬਾਬਾ ਨੇ ਬਾਹਰਲਾ ਪਿੰਡ ਨੂੰ ਹੱਥ ਪਾਇਆ ਹੈਗਾ, ਕੱਲ ਤੁਹਾਡੇ ਪਿੰਡ ਦੇ ਵਿੱਚ ਹੱਥ ਪਾਊਗਾ। ਜੇ ਉਹਨੂੰ ਇੱਥੇ ਨਾ ਰੋਕਿਆ ਗਿਆ ਤੇ ਕੱਲ ਨੂੰ ਤੁਹਾਡੇ ਪਿੰਡ ਤੇ ਤੁਹਾਡੇ ਘਰ ਦੀ ਇੱਜ਼ਤ ਦਾ ਵੀ ਸ਼ਿਕਾਰ ਕਰ ਸਕਦਾ। ਪਿੰਡ ਵਾਲਿਓ, ਅੱਜ ਕਾਨੂੰਨ ਤੁਹਾਡੇ ਨਾਲ ਆ। ਅਸੀਂ ਚਾਹੁੰਦੇ ਹਾਂ ਸਾਰਾ ਪਿੰਡ ਸਾਡਾ ਸਾਥ ਦੇਵੇ ਕਿ ਅਸੀਂ ਉਸ ਪਖੰਡੀ ਬਾਬੇ ਦੀ ਜੜ ਪੁੱਟ ਸੁੱਟੀਏ। ਥਾਣੇਦਾਰ ਸਾਹਿਬ, ਅਸੀਂ ਤਿੰਨੋਂ ਭਰਾ ਤੇ ਸਾਰਾ ਪਿੰਡ ਤੁਹਾਡੇ ਨਾਲ ਆ। ਜੇ ਤੁਸੀਂ ਸਾਡੇ ਨਾਲ ਹੋ, ਇਹੋ ਜਿਹੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਬਾਬੇ ਨੂੰ ਅੰਦਰ ਕਰਨ ਤੋਂ ਰੋਕ ਸਕੇ। ਕਿਉਂ, ਹੁਣ ਕਿਉਂ ਮੂੰਹ ਲਟਕਾਈ ਖੜੇ ਹੋ? ਆ ਪੈ ਗਈ ਨਾ ਟੈਨਸ਼ਨ, ਓਏ ਆ ਗਈਆਂ ਨਾ ਬਾਬੇ ਦੀਆਂ ਕਰਤੂਤਾਂ ਸਾਹਮਣੇ। ਚਲੋ ਪਿੰਡ ਵਾਲਿਓ, ਅਸੀਂ ਉਸ ਪਖੰਡੀ ਬਾਬੇ ਦੀ ਇੱਟ ਦੇ ਨਾਲ ਇੱਟ ਵਜਾ ਦਈਏ। ਚੱਲ ਤੂੰ ਦੱਸ ਕੀ ਕਹਿੰਦਾ। ਸਾਨੂੰ ਮਾਰਨਾ ਕਿਸੇ ਐਰੇਗਰ ਦੇ ਪਾਸਾ ਰੋਕ ਨਹੀਂ। ਬਾਬਾ ਕਰਤਾ ਨਾ ਤੇਰਾ ਪਰਦਾ ਫਾਸ਼। ਓਏ ਤੂੰ ਕੀ ਪਰਦਾ ਫਾਸ਼ ਕਰੇਗਾ, ਤੇਰੇ ਵਰਗੇ ਥਾਣੇਦਾਰ ਛੱਤੀ ਮੈਂ ਜੇਬ 'ਚ ਰੱਖਦਾ। ਆ ਦੇਖ, ਜਿਹੜੇ ਭੋਲੇ ਭਾਲੇ ਲੋਕਾਂ ਨੂੰ ਤੂੰ ਆਪਣੀਆਂ ਉਂਗਲਾਂ ਤੇ ਨਚਾਉਂਦਾ ਸੀ ਨਾ, ਅੱਜ ਉਹੀ ਤੇਰੀਆਂ ਜੜਾਂ ਪੁੱਟਣ ਆ ਰਹੇ ਆ। ਜਿਹੜੀ ਇਹ ਭੋਲੀ ਭਾਲੀ ਜਨਤਾ ਤੇਰੀਆਂ ਗੱਲਾਂ ਵਿੱਚ ਆ ਹੀ ਗਈ ਏ ਤੇ ਕੱਲ ਨੂੰ ਦੇਖੀ ਇਹਨਾਂ ਹੀ ਚਰਨਾਂ ਤੇ ਆ ਕੇ ਡਿੱਗੇਗੀ। ਓਏ ਪਖੰਡੀਆ, ਕਿਉਂ ਸੁਪਨੇ ਲੱਗਿਆ ਦੇਖਣ? ਅੱਜ ਤੋਂ ਬਾਅਦ ਨਾ ਤੂੰ ਰਹੇਗਾ ਨਾ ਤੇਰੇ ਗੰਦੇ ਚਰਨ। ਫੜ ਲੈ ਇਹਨੂੰ। ਬਾਬਾ ਆ ਗਿਆ।
ਗਿਆ ਬਾਬਾ ਬਾਬਾ ਆ ਗਿਆ ਬਾਬਾ ਉਹ ਬਾਬਾ ਵਾਦਾ ਘੇਰਾ ਘੇਰੇ ਨੂੰ ਖਤਮ ਹੁਣ ਆਪਾਂ ਚਲੀਏ ਘਰ ਨੂੰ ਆ ਵੀ ਛੋਟਿਆ ਚੱਲ ਵੇ ਚੱਲ ਤੇਰੇ ਗੁੰਡੀ ਸੋਟੇ ਨੇ ਤੇਰੇ ਗੁੰਡੀ ਸੋਟੇ ਨੇ ਲੂਣ ਮਿਰਚ ਦਾ ਪਾ ਲੈ ਚੰਗਾ ਬੇਬੇ ਜੀ ਚੱਲਦੇ ਹੁਣ ਅਸੀਂ ਜਿਉਂਦਾ ਰਹਿ ਪੁੱਤ ਤੇਰੀਆਂ ਲੰਮੀਆਂ ਉਮਰਾਂ ਹੁਣ ਆ ਦੇਖੀ ਬਾਬੇ ਨੂੰ ਫੜ ਕੇ ਤਾਂ ਬਾਹਲਾ ਹੀ ਚੰਗਾ ਕੰਮ ਕੀਤਾ ਤੁਹਾਡੇ ਬਾਰੇ ਨਾ ਮੈਨੂੰ ਮੁੰਡਿਆਂ ਨੇ ਦੱਸ ਦਿੱਤਾ ਸੀ ਅਸੀਂ ਤਾਂ ਬੇਬੇ ਜੀ ਆਪਣੀ ਡਿਊਟੀ ਨਿਭਾ ਰਹੇ ਸੀ ਖੈਰ ਮੁੰਡਿਓ ਜਿਹੜੀ ਤੁਸੀਂ ਆਹ ਡਿਊਟੀ ਨਿਭਾਈ ਹੈ ਨਾ ਇਹ ਬਹੁਤ ਚੰਗਾ ਕੰਮ ਕੀਤਾ ਕਰਤੀ ਨਾਲੇ ਸਾਰੇ ਪਿੰਡ ਦੀ ਟੈਨਸ਼ਨ ਦੂਰ ਕਰਤੀ ਪਰ ਇੱਕ ਕੰਮ ਮਾੜਾ ਕੀਤਾ ਇਹਨਾਂ ਨੇ ਜਿਹੜਾ ਮੇਰੇ ਵਿਆਹ ਦਾ ਸੁਪਨਾ ਤੋੜਤਾ ਹੁਣ ਮੁੰਡਿਓ ਕੋਈ ਚੀਜ਼ ਤਾਂ ਨਹੀਂ ਭੁੱਲ ਗਏ ਕਰਤੀ ਗੱਲ ਨਹੀਂ ਜੀ ਚੀਜ਼ ਤਾਂ ਦਰਅਸਲ ਨਹੀਂ ਨਹੀਂ ਕਾਕਾ ਸੋਚ ਲੋ ਬਾਪੂ ਜੀ ਇੱਕ ਅਸਲੀ ਚੀਜ਼ ਤਾਂ ਇਹ ਭੁੱਲੇ ਗਏ ਆਪਣੀ ਲਾਲੀ ਉਹ ਤੁਸੀਂ ਸਾਰਾ ਟੱਬਰ ਮੈਨੂੰ ਕਮਲਾ ਸਮਝਦੇ ਸੀ ਆ ਕੁੜੀਏ ਕਰਤੀ ਗੱਲ ਬਾਪੂ ਇੱਕ ਹੋਰ ਨਵੀਂ ਟੈਨਸ਼ਨ ਵੇ ਮੈਂ ਤੇਰੀ